ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। Mr. Singh Productions presents ਪੰਥਕ ਅਸੈਂਬਲੀ ਦੇ ਵਿੱਚ ਸ਼ਿਰਕਤ ਕਰ ਰਹੇ ਅਜ਼ੀਜ਼ ਹਾਜ਼ਰੀਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਵਰਤਾਰੇ ਦਾ ਜੇਕਰ ਅਸੀਂ ਗੁਰਮਤਿ ਇਤਿਹਾਸ ਅਤੇ ਗੁਰਮਤਿ ਫਲਸਫੇ ਦੀ ਰੋਸ਼ਨੀ ਦੇ ਵਿੱਚ ਅਧਿਐਨ ਕਰੀਏ ਤਾਂ ਇੱਕ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ। ਮੁੜ ਕੇ ਦੇਖਾ ਜੋ ਸਿਤਮਗਰ ਕੀ ਤਰਫ ਆਪਣੇ ਹੀ ਦੋਸਤੋਂ ਪੇ ਨਿਗਾਹ ਚਲੀ ਗਈ। ਕਾਰਨ ਇਹ ਹੈ ਕਿ ਅਜੇ ਤੱਕ ਅਸੀਂ ਆਪਣੇ ਦੁਸ਼ਮਣਾਂ ਦੀ ਸ਼ਨਾਖਤ ਨਹੀਂ ਕਰ ਸਕੇ। ਸਾਡਾ ਦੁਸ਼ਮਣ ਸਾਡੀ ਨੀਤੀ ਦੀ ਸ਼ਨਾਖਤ ਕਰਦਾ ਪਰ ਸਿੱਖ ਆਪਣੇ ਦੁਸ਼ਮਣ ਦੀ ਸ਼ਨਾਖਤ ਨਹੀਂ ਕਰ ਸਕਿਆ। 1892 ਦੇ ਵਿੱਚ ਕਿਸੇ ਸਮੇਂ ਸਿੱਖਾਂ ਦੇ ਨਾਲ ਜੂਝਣ ਵਾਲੇ ਅਤੇ ਸਿੱਖਾਂ ਦੇ ਖਿਲਾਫ ਫਤਿਹਯਾਬ ਹੋਣ ਵਾਲੇ ਇੱਕ ਬ੍ਰਿਟਿਸ਼ ਵਿਦਵਾਨ ਨੇ ਇੱਕ ਗੱਲ ਕਹੀ ਸੀ, ਬੜਾ ਜਰਨੈਲ ਵੀ ਸੀ, ਕਿ ਬੇਸ਼ੱਕ ਰਣਜੀਤ ਸਿੰਘ ਦਾ ਰਾਜ ਜਾਂਦਾ ਰਿਹਾ, ਬੇਸ਼ੱਕ ਸਿੱਖ ਗੁਲਾਮ ਹੋ ਗਏ ਨੇ, ਪਰ ਉਹਨਾਂ ਚਿਰ ਤੱਕ ਇਹਨਾਂ ਨੂੰ ਗੁਲਾਮ ਨਾ ਸਮਝਿਆ ਜਾਵੇ ਜਿੰਨਾ ਚਿਰ ਤੱਕ ਇਹਨਾਂ ਦੀ ਵਿਚਾਰਧਾਰਾ ਗੁਲਾਮ ਨਹੀਂ ਹੁੰਦੀ। ਉਹ ਵਿਚਾਰਧਾਰਾ ਦੇ ਬਾਰੇ ਉਹਨੇ ਸ਼ਬਦ ਵਰਤੇ ਸੀ, ਸਿੱਖ ਸ਼ਰਾਈਨਸ ਆਰ ਸਟੇਟ ਵਿਦ ਇਨ ਸਟੇਟ। ਸਿੱਖਾਂ ਦੇ ਜਿਹੜੇ ਗੁਰਧਾਮ ਨੇ ਉਹ ਇੱਕ ਸਟੇਟ ਦੇ ਵਿੱਚ ਸਟੇਟ ਦੀ ਨੀਤੀ ਨੂੰ ਲੈ ਕੇ ਬੈਠੇ ਹੋਏ ਨੇ। ਹੁਣ ਉਹ ਜਿਹੜੀ ਨੀਤੀ ਹੈ ਉਹਨੂੰ ਕਿਵੇਂ ਤੋੜਿਆ ਜਾਂਦਾ ਹੈ ਔਰ ਅਸੀਂ ਉਸ ਦੁਸ਼ਮਣ ਦੀ ਸ਼ਨਾਖਤ ਕਿਵੇਂ ਕਰਨੀ ਹੈ। ਬਹੁਤ ਜਗ੍ਹਾ ਦੇ ਉੱਪਰ RSS ਦਾ, ਨਾਗਪੁਰ ਦਾ, ਮੌਜੂਦਾ ਸਾਡੀ ਸਥਾਪਿਤ ਲੀਡਰਸ਼ਿਪ ਦਾ ਨਾਮ ਆਇਆ। ਉਸ ਦੇ ਪਿੱਛੇ ਸਮੁੱਚੇ ਜਿਹੜੇ ਕਾਰਨ ਨੇ ਉਹਨਾਂ ਵਰਤਾਰਿਆਂ ਨੂੰ ਅਸੀਂ ਜ਼ਰੂਰ ਕਿਤੇ ਨਾ ਕਿਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਰੂਹਾਨੀ ਅਮਲ ਦੇ ਵਿੱਚ ਸ਼ਬਦ ਨੂੰ ਬੇਅਦਬ ਨਹੀਂ ਕੀਤਾ ਜਾ ਸਕਦਾ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੇ, ਪਾਹੇ ਨਾ ਸਾਕੇ ਚਾਲੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੂਹਾਨੀ ਅਮਲ ਹੈ। ਪਰ ਸਰੂਪ ਨੂੰ ਕਿਉਂ ਬੇਅਦਬ ਕੀਤਾ ਜਾਂਦਾ? ਕਿਉਂਕਿ ਰੂਹਾਨੀ ਅਮਲ ਦੇ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜ਼ਹਾਨੀ ਅਮਲ ਹੈ ਉਹ ਤੁਹਾਡੀ ਰਾਜਨੀਤੀ ਦੇ ਵਿਸ਼ਲੇਸ਼ਣ ਨੂੰ ਲੈ ਕੇ ਬੈਠਾ। ਈਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਦੋਂ ਅਸੀਂ ਪ੍ਰਕਾਸ਼ ਵੀ ਕਰਦੇ ਹਾਂ ਤੇ ਪ੍ਰਕਾਸ਼ ਦੇ ਸਮੇਂ ਵਰਤਿਆ ਜਾਂਦਾ ਜਿਹੜਾ ਗੁਰੂ ਸਾਹਿਬ ਦੇ ਕਾਲ ਤੋਂ ਜਿਹੜਾ ਚੱਲਿਆ ਆਉਂਦਾ ਸਾਡਾ ਪ੍ਰਕਰਨ ਹੈ ਉਹਦੇ ਵਿੱਚ ਹੈ, ਸੱਚਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚਵਰ ਛੱਤ। ਤਖਤ ਤੇ ਬੈਠਣਾ, ਛਤਰ ਝੁਲਣਾ, ਚੌਰ ਝੁਲਣਾ, ਦਰਬਾਰ ਲਗਾ ਕੇ ਬੈਠਣਾ, ਇਹ ਸਾਰੀਆਂ ਇੰਪੀਰੀਅਲਿਜ਼ਮ ਦੀਆਂ ਨਿਸ਼ਾਨੀਆਂ ਨੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਦੁਸ਼ਮਣ ਉਸ ਸਰੂਪ ਨੂੰ ਬੇਅਦਬ ਇਸ ਕਰਕੇ ਕਰਦਾ ਹੈ ਕਿਉਂਕਿ ਉਹਦੇ ਵਿੱਚੋਂ ਉਸਨੂੰ ਇੱਕ ਰਾਜਨੀਤਿਕ ਬਦਲ ਜਿਹੜਾ ਉਹ ਨਜ਼ਰ ਆਉਂਦਾ। ਉਹ ਰਾਜਨੀਤਿਕ ਬਦਲ ਨੂੰ ਆਪਣਾ ਵਿਰੋਧੀ ਕਿਉਂ ਸਮਝਦਾ? ਬੇਸ਼ੱਕ ਕਿਤੇ ਅਸੀਂ ਕਹਿੰਦੇ ਹਿੰਦੂ ਤਾਂ ਸਾਡਾ ਦੁਸ਼ਮਣ ਨਹੀਂ, ਕਿਤੇ ਕਹਿੰਦੇ ਬ੍ਰਾਹਮਣਵਾਦ ਦੁਸ਼ਮਣ ਨਹੀਂ, ਕਿਤੇ ਅਸੀਂ ਕਹਿੰਦੇ ਕਿ ਬ੍ਰਾਹਮਣਵਾਦ ਵੀ ਇਸ ਤੋਂ ਸਤਾਇਆ ਹੋਇਆ। ਹੁਣ ਖਿਆਲ ਕਰੋ ਕਿ ਜਿਹੜਾ ਰਾਜਨੀਤੀ ਦੇ ਉੱਪਰ ਕਾਬਜ ਬ੍ਰਾਹਮਣਵਾਦ ਹੈ ਉਹ ਜਿਹੜਾ ਪੱਤਾ ਖੇਡ ਰਿਹਾ ਹੈ ਉਹ ਤਾਂ ਬ੍ਰੈਵਿਸਟਿਕ ਨੈਸ਼ਨਲਿਜ਼ਮ ਦਾ, ਹਿੰਦੂਤਵ ਦੇ ਨਾਮ ਦੇ ਉੱਪਰ ਹੀ ਖੇਡਦਾ। ਉਹ ਪੱਤਾ ਤਾਂ ਉਹੀ ਹੈ ਔਰ ਉਹਦੇ ਵਿੱਚ ਜਿਹੜੀ ਇਹਦੀ ਕਲੈਕਟਿਵ ਕੌਨਸ਼ੀਅਸਨੈਸ ਹੈ ਉਹ ਸਾਰੇ ਲੋਕਾਂ ਨੂੰ ਉਸੇ ਕਲੈਕਟਿਵ ਕੌਨਸ਼ੀਅਸਨੈਸ ਦੇ ਦਾਇਰੇ ਦੇ ਵਿੱਚ ਵੀ ਹਿੰਦੂਤਵ ਦੇ ਨਾਮ ਦੇ ਅਧੀਨ ਹੀ ਲੈ ਕੇ ਆਉਂਦਾ ਤੇ ਉਹਦੀ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ, ਜਿਹੜੀ ਉਹਦੀ ਸਮੂਹਿਕ ਚੇਤਨਤਾ ਹੈ, ਉਹਦਾ ਵਰਤਾਰਾ ਸੂਖਮਤਾ ਦੇ ਨਾਲ ਸਮਝਣ ਦੀ ਲੋੜ ਇਸ ਕਰਕੇ ਹੈ। ਕੱਲ੍ਹ ਗੱਲ ਕੀਤੀ ਸੀ ਚਾਹਲ ਸਾਹਿਬ ਨੇ, ਬੜੀ ਪਿਆਰੀ ਸੀ ਕਿ ਉਹ ਜੁਡੀਸ਼ਰੀ ਜਿਹੜੀ ਹੈ ਉਹਦੇ ਉੱਪਰ ਉਹ ਸਮੂਹਿਕ ਚੇਤਨਤਾ, ਮੈਂ ਤੁਹਾਡੇ ਸਾਹਮਣੇ ਇੱਕ ਵਰਤਾਰਾ ਕਰਦਾ, ਅਰੁਦੰਤੀ ਰਾਏ ਹੈਂਗਿੰਗ ਆਫ ਅਫਜਲ ਗੁਰੂ 'ਚ ਕਹਿੰਦੀ ਹੈ, ਕਹਿੰਦੀ ਹੈ ਕਿ ਜਿਹੜਾ ਅਫਜਲ ਗੁਰੂ ਨੂੰ ਫਾਂਸੀ ਦੇਣ ਦਾ ਫੈਸਲਾ ਹੈ ਉਹਦੇ ਬਾਰੇ ਭਾਵੇਂ ਪੁਖਤਾ ਸਬੂਤ ਨਹੀਂ ਪਰ ਓਨਲੀ ਫੋਰ ਦਾ ਸੈਟਿਸਫੈਕਸ਼ਨ ਆਫ ਕਲੈਕਟਿਵ ਕੌਨਸ਼ੀਅਸਨੈਸ, ਇੱਕ ਕੌਮ ਦੀ ਸਮੂਹਿਕ ਚੇਤਨਤਾ ਨੂੰ ਸੰਤੁਸ਼ਟ ਕਰਨ ਦੇ ਵਾਸਤੇ ਇੱਕ ਬੇਗਨਾਹ ਵਿਅਕਤੀ ਨੂੰ ਖਤਮ ਕਰ ਦਿੱਤਾ ਜਾਂਦਾ ਤੇ ਕੀ ਉਹ ਜਿਹੜੀ ਸਮੂਹਿਕ ਚੇਤਨਤਾ ਹੈ ਉਹ ਆਪਣੇ ਆਪ ਤੇ ਤਖਤ ਨੂੰ ਸਥਾਪਿਤ ਕਰਨ ਦੇ ਵਾਸਤੇ ਤੁਹਾਡੇ ਨਾਲ ਕਿਹੜੀ ਖੇਡ ਨਹੀਂ ਖੇਡੇਗੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਦੁਸ਼ਮਣ ਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੀਏ, ਫਿਰ ਉਸ ਨੀਤੀ ਦੇ ਪ੍ਰਤੀ ਜਿਹੜੀ ਸਾਡੀ ਅਪਰੋਚ ਹੈ ਉਹ ਸਟਰਕਚਰ ਤੇ ਸਕ੍ਰਿਪਚਰ ਦੀ ਹੋਣੀ ਚਾਹੀਦੀ ਹੈ।
ਜਦੋਂ ਵਿਰੋਧ ਸਟਰਕਚਰ ਦੇ ਰੂਪ ਚ ਹੁੰਦਾ, ਸਰੂਪ ਦੇ ਰੂਪ ਚ ਹੁੰਦਾ, ਉਦੋਂ ਸਾਡਾ ਰੋਹ ਜਾਗਦਾ ਹੈ ਕਿਉਂਕਿ ਉਹ ਸਾਨੂੰ ਨਜ਼ਰ ਆ ਰਿਹਾ ਹੁੰਦਾ ਹੈ। ਪਰ ਜਿਹੜਾ ਵਿਰੋਧ ਰੂਹਾਨੀਅਤ ਦੇ ਨਾਲ ਹੁੰਦਾ ਹੈ, ਮਾਫ ਕਰਨਾ, ਉਹ ਵੀ ਬੇਅਦਬੀ ਹੈ। ਸਾਨੂੰ ਉਹਦੇ ਖਿਲਾਫ ਵੀ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਪਰ ਕਦਮ ਉਠਾਉਣੇ ਪੈਣਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਬੇਅਦਬੀ ਸਰੂਪ ਦੇ ਰੂਪ ਦੇ ਵਿੱਚ ਹੋ ਰਹੀ ਹੈ ਤੇ ਉਹਦੇ ਰੂਹਾਨੀ ਅਮਲ ਦੀ ਬੇਅਦਬੀ ਵੀ ਉਸ ਵੇਲੇ ਹੁੰਦੀ ਹੈ ਜਦੋਂ ਸਿੱਖ ਸਟੇਜਾਂ ਦੇ ਉੱਪਰੋਂ ਹੀ ਮਾਰ ਕੰਡੇ ਪ੍ਰਾਣ ਦੇ ਗ੍ਰੰਥ ਦੇ ਵਿੱਚੋਂ ਉਹਦੇ ਨਵ ਦੇਵੀ ਦੇ ਜਿਹੜੇ ਬ੍ਰਹਮ ਕਵਚ ਨੇ ਉਹਨਾਂ ਦੇ ਪੰਜਾਬੀ ਅਨੁਵਾਦ ਸਿੱਖਾਂ ਚ ਵੇਚੇ ਜਾਂਦੇ। ਇਹ ਵੀ ਇੱਕ ਬੇਅਦਬੀ ਦਾ ਰੂਪ ਹੈ। ਬਿਲਕੁਲ ਠੀਕ, ਇਸ ਦੇ ਉੱਪਰ ਵੀ ਸਾਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਪਵੇਗਾ। ਉਸ ਤੋਂ ਹੋਰ ਅੱਗੇ ਆ ਜਾਈਏ, ਹੁਣ ਤੋੜਿਆ ਕਿਵੇਂ ਜਾ ਰਿਹਾ। ਇਹਨੂੰ ਤੋੜਨ ਦੇ ਪਿੱਛੇ ਇੱਕ ਨੀਤੀ ਹੈ, ਉਸ ਨੀਤੀ ਦੇ ਵਿੱਚ ਹੁੰਦਾ ਹੈ ਕਿ ਕੌਮ ਦਾ ਸਟਰਕਚਰ ਕਿਵੇਂ ਤੋੜਿਆ ਜਾਵੇ ਤੇ ਸਕ੍ਰਿਪਚਰ ਨੂੰ ਕਿਵੇਂ ਬਰਬਾਦ ਕੀਤਾ ਜਾਵੇ। ਚਾਣਕਿਆ ਆਪਣੀ ਨੀਤੀ ਚ ਲਿਖਦਾ ਹੈ, ਧਨਿਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ ਪੰਚਮ ਯਤਰ ਨਾ ਵਿਦਤੈ ਤਤਰ ਦਿਓ ਸਵਸੇਤਮ। ਜਿਸ ਕੌਮ ਨੂੰ ਖਤਮ ਕਰਨਾ ਹੈ ਉਹਦੀਆਂ ਪੰਜ ਚੀਜ਼ਾਂ ਖੋਹ ਲਈਆਂ ਜਾਣ, ਇੰਡਸਟਰੀ, ਹੈਲਥ, ਵੈਲਥ, ਐਜੂਕੇਸ਼ਨ ਤੇ ਇਹਦੇ ਤੋਂ ਇਲਾਵਾ ਵਾਟਰ। ਕੀ ਇਹ ਪੰਜੇ ਚੀਜ਼ਾਂ ਪੰਜਾਬ ਦੀਆਂ ਨਹੀਂ ਖੋਹੀਆਂ ਗਈਆਂ? ਇਹ ਤੁਹਾਡੇ ਸਟਰਕਚਰ ਦੇ ਉੱਪਰ, ਜਿਹਨੂੰ ਮੈਂ ਕਹਿੰਦਾ ਕਿ ਪੰਥ ਦੇ ਉੱਪਰ ਅਟੈਕ ਹੈ। ਦੂਜਾ ਅਟੈਕ ਗ੍ਰੰਥ ਦੇ ਉੱਪਰ ਕਿਉਂ ਹੈ? ਕਹਿੰਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਗ੍ਰੰਥ ਦੀ ਬੇਅਦਬੀ, ਜਿਹੜਾ ਸਰੂਪ ਹੈ ਉਹਦੀ ਬੇਅਦਬੀ ਤਾਂ ਉਦੋਂ ਹੀ ਹੋ ਜਾਵੇਗੀ ਜਦੋਂ ਪੰਥ ਗ੍ਰੰਥੇ ਨਾਲੋਂ ਟੁੱਟ ਗਿਆ, ਪਰ ਵੱਡੀ ਬੇਅਦਬੀ ਦਾ ਅਮਲ ਉਸ ਵੇਲੇ ਸ਼ੁਰੂ ਹੋਵੇਗਾ ਜਦੋਂ ਪੰਥ ਨੇ ਗ੍ਰੰਥ ਦੀ ਵਿਚਾਰਧਾਰਾ ਤੋਂ ਕਿਨਾਰਾਕਸ਼ੀ ਕਰ ਲਈ। ਉਹ ਵਿਚਾਰਧਾਰਾ ਦੇ ਵਾਸਤੇ ਕਹਿੰਦਾ, ਮਾਤ ਸ਼ਤਰੂ ਪਿਤਾ ਵੈਰੀ ਯੈਨ ਬਾਲਕ ਨਾ ਪਠਿਤ ਨਾ ਸੋਭ ਤੇ ਸਭਾ ਮਦ ਤੇ ਹੰਸ ਮਦ ਤੇ ਬੱਕੋ ਯਥਾ। ਕਿ ਫਿਰ ਇਸ ਕੌਮ ਦੇ, ਜਿਸ ਕੌਮ ਨੂੰ ਤੁਸੀਂ ਖਤਮ ਕਰਨਾ ਹੈ ਉਹਨੂੰ ਸ਼ਬਦ ਦੀ ਵਿਚਾਰਧਾਰਾ ਦੇ ਨਾਲੋਂ ਤੋੜਨ ਦੇ ਵਾਸਤੇ ਉਹਨਾਂ ਲੋਕਾਂ ਦੀ ਵਰਤੋਂ ਕੀਤੀ ਜਾਵੇ ਜਿਹੜੇ ਉਸ ਕੌਮ ਦੇ ਰੂਪ ਦੇ ਵਿੱਚ ਹੋਣ। ਅੱਜ ਹੋ ਰਹੀ ਹੈ, ਇਸੇ ਕਰਕੇ ਦੁਸ਼ਮਣ ਦੀ ਸ਼ਨਾਖਤ ਕਰਨੀ ਔਖੀ ਲੱਗ ਰਹੀ ਹੈ ਕਿ ਲਿਬਾਸੇ ਖਿਜ਼ਰ ਮੇ ਜਹਾਂ ਰਾਹ ਜਨ ਵੀ ਘੁੰਮਤੇ ਹੈ, ਜਮਾਨੇ ਮੇਂ ਜੀਨਾ ਹੈ ਤੋ ਪਹਿਚਾਨ ਪੈਦਾ ਕਰ। ਤੁਹਾਨੂੰ ਲੁੱਟਣ ਵਾਲੇ ਤੁਹਾਡੀ ਪੁਸ਼ਾਕ ਦੇ ਵਿੱਚ ਨੇ, ਤੁਹਾਡੇ ਲਿਬਾਸ ਦੇ ਵਿੱਚ ਨੇ, ਤੁਹਾਡੇ ਬਾਣੇ ਦੇ ਵਿੱਚ ਨੇ। ਇਹ ਸਭ ਤੋਂ ਵੱਡੀ ਅਹਿਮ ਗੱਲ ਹੈ ਜਿਸ ਦੇ ਉੱਪਰ ਸਾਨੂੰ ਕਿਤੇ ਨਾ ਕਿਤੇ ਆਪਣਾ ਧਿਆਨ ਜਿਹੜਾ ਉਹ ਕੇਂਦਰਿਤ ਕਰਨਾ ਪਵੇਗਾ। ਹੁਣ ਇਹ ਜਿਹੜੀ ਏਕਾ ਕੇਂਦਰਿਤ ਰਾਜ ਪ੍ਰਣਾਲੀ ਹੈ, ਜਿਹੜੀ ਹਿੰਦੀ, ਹਿੰਦੂਤਵ, ਹਿੰਦੁਸਤਾਨ ਤੇ ਹਿੰਦੂ ਦੇ ਨਾਮ ਦੇ ਉੱਪਰ ਪੰਜਾਬ ਦੇ ਵਿੱਚ ਅਸਰ ਅੰਦਾਜ਼ ਹੁੰਦੀ ਜਾ ਰਹੀ ਹੈ, ਉਸ ਰਾਜ ਪ੍ਰਣਾਲੀ ਦੇ ਸਾਹਮਣੇ ਜੇ ਕੋਈ ਖਤਰਾ ਹੈ ਤੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁ ਕੇਂਦਰੀ ਰਾਜ ਵਿਤਾਰਾ, ਕਿਉਂਕਿ ਉਹ ਇੱਕ ਕੇਂਦਰ ਦੀ ਸਮਾਜ ਦੀ ਗੱਲ ਕਰਦੇ ਨੇ। ਇਸਲਾਮ ਦੇ ਖਿਲਾਫ ਸਾਡਾ ਸੰਘਰਸ਼ ਕੀ ਹੈ? ਏਕਾ ਕੇਂਦਰਿਤ ਤੇ ਬਹੁ ਕੇਂਦਰਿਤ। ਇਸਲਾਮ ਕਹਿੰਦਾ ਅਸ ਸ਼ਰਾ ਤਹਿਤਮ ਸੈਫ, ਜਦੋਂ ਕਿ ਗੁਰਬਾਣੀ ਕਹਿੰਦੀ ਹੈ ਸੱਭੇ ਸਾਂਝੀ ਵਾਲ ਸਦਾਇਨ ਤੁਤ ਕਿਸੇ ਨਾ ਦੀਸੇ ਬਾਹਰਾ ਜੀਓ। ਇਹੀ ਅੱਜ ਸਾਨੂੰ ਸੋਚਣਾ ਪਵੇਗਾ ਕਿ ਏਕਾ ਕੇਂਦਰਿਤ ਰਾਜ ਪ੍ਰਣਾਲੀ ਦੀ ਗੱਲ ਹੋ ਰਹੀ ਹੈ ਤੇ ਉਹ ਏਕਾ ਕੇਂਦਰਿਤ ਰਾਜ ਪ੍ਰਣਾਲੀ ਜਿਹੜੀ ਹੈ ਉਹਦੇ ਵਾਸਤੇ ਖਤਰਾ ਹੈ ਗੁਰਬਾਣੀ ਦੀ ਵਿਚਾਰਧਾਰਾ ਦੇ ਵਿੱਚੋਂ ਬਹੁ ਕੇਂਦਰੀ ਰਾਜ ਪ੍ਰਣਾਲੀ। ਯਹੂਦੀਆਂ ਦੀ ਬਹੁਤ ਵਾਰੀ ਗੱਲ ਹੋਈ ਹੈ, ਯਹੂਦੀਆਂ ਨੇ ਆਪਣਾ ਅਗਲਾ ਸਟੈਪ ਲੈ ਲਿਆ ਤੇ ਜਿਹੜਾ ਉਹਨਾਂ ਦਾ ਅਗਲਾ ਸਟੈਪ ਹੈ ਨਾ ਉਹਦੇ ਤੋਂ ਵੱਡਾ ਸਟੈਪ ਤੁਸੀਂ 18ਵੀਂ ਸਦੀ ਚ ਲੈ ਚੁੱਕੇ ਹੋ। ਯਹੂਦੀਆਂ ਦੇ ਘਰ ਅੱਜ ਜਦੋਂ ਬੱਚਾ ਜਨਮ ਲੈਂਦਾ ਹੈ ਨਾ, ਉਹ ਆਪਣੇ ਘਰ ਦੇ ਵਿੱਚ, ਆਪਣੀ ਜਾਤ ਦੇ ਵਿੱਚ, ਆਪਣੇ ਪਰਿਵਾਰ ਚ ਜਨਮ ਲੈਣ ਵਾਲੇ ਬੱਚੇ ਨੂੰ ਰੋਜ਼ ਕਹਿੰਦਾ ਬੋਰਨ ਟੂ ਬੀ ਰੂਲਰ, ਤੂੰ ਰਾਜ ਕਰਨ ਦੇ ਵਾਸਤੇ ਜੰਮਿਆ। ਤੇ ਮਾਫ ਕਰਨਾ, ਅਸੀਂ ਗੁਰਬਾਣੀ ਦੇ ਇਸ ਰਾਜਨੀਤਿਕ ਅਮਲ ਨੂੰ ਸਮਝ ਨਹੀਂ ਸਕੇ। ਮਾਫ ਕਰਨਾ, 18ਵੀਂ ਸਦੀ ਦੇ ਵਿੱਚ ਸਾਡੀ ਗੁਰਬਾਣੀ ਦੀ ਵਿਚਾਰਧਾਰਾ ਦੇ ਵਿੱਚੋਂ ਪੈਦਾ ਹੋਇਆ ਇਹ ਰਾਜਨੀਤਿਕ ਅਮਲ ਆਪਣੇ ਆਪ ਦੇ ਵਿੱਚ ਇੰਨੇ ਅੱਡੇ ਅਰਥ ਰੱਖਦਾ ਸੀ ਕਿ ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਹੋਣਾ ਨੂੰ ਕਹਿਣਾ ਪਿਆ ਕਿ ਨਾਈ, ਛਿੰਬੇ, ਜਾਟ, ਘੁਮਿਆਰ, ਕੁਜਾਤ, ਜੇ ਜਾਣਤ ਰਾਜਨੀਤੀ ਕੀ ਬਾਤ। ਇਹ ਸਾਡਾ ਕਿਹੜਾ ਪੱਧਰ ਸੀ ਕਿ ਅਸੀਂ ਉਸ ਪੱਧਰ ਦੇ ਉੱਪਰ ਰਾਜਨੀਤੀ ਦੀ ਗੱਲ ਨੂੰ ਸਮਝਿਆ? ਮੈਂ ਇੱਕ ਮਿੰਟ ਦੇ ਵਿੱਚ ਆਪਣੀ ਗੱਲ ਸਮਾਪਤ ਕਰ ਦੇਵਾਂਗਾ। ਹੁਣ ਸਾਡੇ ਸਾਹਮਣੇ ਇਸ ਸਾਰੇ ਵਰਤਾਰੇ ਦੇ ਵਿੱਚੋਂ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਦੋਸ਼ੀ ਸਾਬਤ ਹੁੰਦੀਆਂ ਨੇ, ਸਟੇਟ, ਬਿਊਰੋਕਰੇਸੀ, ਜੁਡੀਸ਼ਰੀ ਤੇ ਰਿਲੀਜੀਅਸ ਇੰਸਟੀਟਿਊਸ਼ਨਸ। ਇਹ ਚਾਰ ਚੀਜ਼ਾਂ, ਤੇ ਇਹ ਚਾਰ ਚੀਜ਼ਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਦੋਸ਼ੀ ਸੀ, ਰਾਜਾ, ਮੁਕੱਦਮ, ਕਾਜ਼ੀ ਤੇ ਮੁੱਲਾ। ਰਾਜਾ ਸਟੇਟ, ਮੁਕੱਦਮ ਬਿਊਰੋਕਰੇਸੀ, ਕਾਜ਼ੀ ਜੁਡੀਸ਼ਰੀ ਤੇ ਮੁੱਲਾ ਧਾਰਮਿਕ ਆਗੂ।
ਪਰ ਇਹਨਾਂ ਸਾਰਿਆਂ ਨੂੰ ਰੱਦ ਕਰਨ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜਨੀਤਿਕ ਅਮਲ ਦਿੱਤਾ ਸਾਨੂੰ ਉਹਦੇ ਉੱਪਰ ਧਿਆਨ ਕੇਂਦਰ ਦੀ ਲੋੜ ਸੀ। ਉਹ ਸੀ ਤਖਤੇ ਉੱਪਰ ਸੋ ਪਏ ਜੇ ਤਖਤੇ ਲਾਇਕ ਹੋਏ। ਤੁਹਾਨੂੰ ਉਸ ਰਾਜਨੀਤਿਕ ਅਮਲ ਨੂੰ ਆਪਣੇ ਸਾਹਮਣੇ ਲੈ ਕੇ ਆਉਣਾ ਪਵੇਗਾ ਤੇ ਉਸ ਤਖਤ ਦੇ ਉੱਪਰ ਤਖਤ ਦੇ ਲਾਇਕ ਵਿਅਕਤੀ ਬਹਿਣ ਦੀ ਵਿਚਾਰਧਾਰਾ ਦੇ ਵਿੱਚੋਂ ਜਿਹੜਾ ਸਭ ਸੁਖਾਲੀ ਹਲੇਮੀ ਰਾਜ ਦਾ ਸੰਕਲਪ ਪੈਦਾ ਹੋਵੇਗਾ, ਜਿੱਥੇ ਸਭ ਸੁਖਾਲੀ ਵੁੱਠੀਆਂ ਦੀ ਗੱਲ ਹੋਵੇਗੀ, ਉਸ ਨੂੰ ਅੱਜ ਤੁਸੀਂ ਮੀਰੀ ਪੀਰੀ ਦੇ ਸੰਕਲਪ ਦਾ ਅਬਚਲ ਨਗਰ ਕਹਿ ਲਓ, ਤੁਸੀਂ ਬੇਗਮਪੁਰਾ ਕਹਿ ਲਓ, ਤੁਸੀਂ ਹਲੇਮੀ ਰਾਜ ਕਹਿ ਲਓ, ਪਰ ਉਹਦਾ ਹੁਣ ਰਾਜਨੀਤਿਕ ਸੱਤਾ ਤੇ ਉੱਪਰ ਕਾਬਜ਼ ਹੋ ਕੇ ਇੱਕ ਐਸਾ ਮਾਡਲ ਪੇਸ਼ ਕਰੋ ਕਿ ਉਸ ਬੇਸ਼ੱਕ ਅੱਜ ਉਹ ਜਮਹੂਰੀ ਅਮਲ ਦੇ ਵਿੱਚ ਘੜਿਆ ਜਾਣਾ, ਪਰ ਇੱਕ ਗੱਲ ਦਾ ਖਿਆਲ ਰੱਖਿਓ, ਇਕਬਾਲ ਨੇ ਕਿਹਾ ਹੈ, ਜਲਾਲੇ ਬਾਦਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ। ਜੇਕਰ ਗੁਰਬਾਣੀ ਦੇ ਧਾਰਮਿਕ ਅਮਲ ਦੇ ਵਿੱਚ ਤੁਸੀਂ ਅੱਜ ਰਾਜਸੀ ਸੱਤਾ ਵੱਲ ਆਪਣੇ ਪੈਰ ਵਧਾਓਗੇ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਤੇ ਗੁਰੂ ਨਾਨਕ ਸਾਹਿਬ ਦੇ ਹਲੇਮੀ ਰਾਜ ਦਾ ਸੰਕਲਪ ਪੰਜਾਬ ਦੇ ਵਿੱਚ ਪੈਦਾ ਕਰੋ। ਆਉਣ ਵਾਲੇ 10 ਸਾਲਾਂ ਨੂੰ ਪੰਜਾਬ ਦਾ ਹਿੰਦੂ ਵੀ ਕਵੇਗਾ ਸਾਨੂੰ ਖਾਲਿਸਤਾਨ ਦੀ ਲੋੜ ਹੈ। ਧੰਨਵਾਦ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।